ਸਾਡਾ ਮੰਗ ਪੱਤਰ ਇੱਕ ਤੇ ਪਹਿਲੀ ਗੱਲ ਇਹ ਆ ਵੀ ਜਿਹਨੇ ਪੱਗ ਲਾਉਣ ਦੀ ਗੱਲ ਕੀਤੀ ਆ ਉਹਦੇ ਤੇ 295 ਦਾ ਪਰਚਾ ਜਿਹੜਾ ਉਹ ਦਰਜ ਹੋਣਾ ਚਾਹੀਦਾ। ਹੁਣ ਆਪਾਂ ਕਿਸੇ ਦੇ ਚਾਕੂ ਮਾਰ ਕੇ ਮੁੜ ਕੇ ਮਾਫੀ ਮੰਗ ਲਵਾਂਗੇ ਤੇ ਕੀ ਉਹਦਾ ਇਹ ਦਰਦ ਜਿਹੜਾ ਠੀਕ ਹੋ ਜਾਊਗਾ? ਤੇ ਸਪੀਕਰ ਸਾਹਿਬ ਕਹਿ ਦੇਣ ਕਿ ਇਹ ਆਪਣੀ ਬੋਧੀ ਕਟਾ ਕੇ ਫਿਰ ਅੰਦਰ ਆ ਸਕਦਾ ਤੇ ਉਸ ਦਾ ਮਤਲਬ ਕੀ ਤੁਸੀਂ ਆਪ ਹੀ ਸਮਝ ਸਕਦੇ। ਉਹ ਸਾਰਾ ਧੱਕਾ ਹੀ ਹੋ ਰਿਹਾ ਜੀ ਸਿੱਖਾਂ ਦੇ ਨਾਲ, ਬਿਲਕੁਲ ਧੱਕੇਸ਼ਾਹੀ ਹੋ ਰਹੀ ਆ, ਦਬਾ ਕੇ ਰੱਖਿਆ ਜਾ ਰਿਹਾ। ਫਿਰ ਇਹਨਾਂ ਦਾ ਇਹ ਕਹਿਣਾ ਮਤਲਬ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਬਾਰ ਬਾਰ। ਭਗਤ ਸਿੰਘ ਜਿਹੜਾ ਸੀ ਉਹ ਇੱਕ ਆਰੀਆ ਸਮਾਜੀ ਸੀ, ਉਹਦਾ ਦਾਦਾ ਜਿਹੜਾ ਸੀ ਆਰੀਆ ਸਮਾਜੀ ਸੀ। ਦਾਸ ਦਵਿੰਦਰ ਸਿੰਘ ਪ੍ਰਤਾਪਪੁਰ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ। ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ, ਕੀ ਮੰਗਦੇ? ਸਾਡਾ ਮੰਗ ਪੱਤਰ ਇੱਕ ਤੇ ਪਹਿਲੀ ਗੱਲ ਇਹ ਆ ਵੀ ਜਿਹਨੇ ਪੱਗ ਲਾਉਣ ਦੀ ਗੱਲ ਕੀਤੀ ਆ ਉਹਦੇ ਤੇ 295 ਦਾ ਪਰਚਾ ਜਿਹੜਾ ਉਹ ਦਰਜ ਹੋਣਾ ਚਾਹੀਦਾ, ਕਿਉਂਕਿ ਉਹਨੂੰ ਕੋਈ ਅਧਿਕਾਰ ਨਹੀਂ ਬਣਦਾ ਕਿ ਉਹ ਇਸ ਤਰ੍ਹਾਂ ਦੀ ਜਿਹੜੀ ਆ ਬਿਆਨਬਾਜ਼ੀ ਕਰਕੇ ਅਤੇ ਪੰਜਾਬ ਦੇ ਵਿੱਚ ਇੱਥੋਂ ਦਾ ਮਾਹੌਲ ਖਰਾਬ ਕਰੇ। ਬਟ ਉਹਨਾਂ ਨੇ ਮਾਫੀ ਵੀ ਮੰਗ ਚੁੱਕੇ ਬਾਅਦ ਚੋਂ ਲਾਈਵ ਹੋ ਕੇ ਫਿਰ। ਦੇਖੋ ਜੀ, ਹੁਣ ਆਪਾਂ ਕਿਸੇ ਦੇ ਚਾਕੂ ਮਾਰ ਕੇ ਮੁੜ ਕੇ ਮਾਫੀ ਮੰਗ ਲਵਾਂਗੇ ਤੇ ਕੀ ਉਹਦਾ ਇਹ ਦਰਦ ਜਿਹੜਾ ਠੀਕ ਹੋ ਜਾਊਗਾ? ਇਹ ਸੋਚਣ ਵਾਲੀ ਗੱਲ ਆ। ਮਾਨ ਸਰਕਾਰ ਕਦੋਂ ਸੱਤਾ 'ਚ ਨਹੀਂ ਸੀਗੀ, ਉਹਨਾਂ ਨੇ ਕਿਹਾ ਸੀ ਬੜਕਾੜੀ ਵਾਲੀ ਜਿਹੜੀ ਵੈਪਲ ਕਲਾ ਵੀ ਕਾਂਡ ਹੈ ਉਹ ਵਿਜੇ ਕੁਮਾਰ ਪ੍ਰਤਾਪ ਦੀ ਰਿਪੋਰਟ ਰੱਖ ਕੇ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ, ਪਰ ਹਾਲੇ ਤੱਕ ਦਿੱਤੀ ਨਹੀਂ ਗਈ। ਇਹਦੇ ਵੇਖੋ ਜੀ, ਇਹ ਸਰਕਾਰ ਜਿਹੜੀ ਉਹਨਾਂ ਨੂੰ ਸਜ਼ਾ ਨਾ ਦੇ ਕੇ ਅਤੇ ਸਿੱਖਾਂ ਨੂੰ ਚੜਾਉਣ ਵਾਲੀ ਗੱਲ ਆ, ਧੱਕਾ ਕਰ ਰਹੇ ਸਿੱਖ ਨਾਲ, ਹਰ ਪੱਖੋਂ ਹੀ ਧੱਕਾ ਹੋ ਰਿਹਾ ਵਾ। ਜਿਸ ਤਰ੍ਹਾਂ ਕਿ ਹੁਣ ਮਾਨ ਸਾਹਿਬ ਕੱਲ੍ਹ ਪਾਰਲੀਮੈਂਟ 'ਚ ਗਏ, ਉਹਨਾਂ ਦਾ ਜਿਹੜਾ ਕਾਨੂੰਨੀ ਹੱਕ ਬਣਦਾ ਸੀ ਕਿਰਪਾਨ ਲੈ ਕੇ ਅੰਦਰ ਜਾਣ ਦਾ, ਛੋਟੀ ਕਿਰਪਾਨ ਵੀ ਖੜ ਸਕਦੇ, ਵੱਡੀ ਕਿਰਪਾਨ ਵੀ ਖੜ ਸਕਦੇ। ਇਹਦਾ ਮਤਲਬ ਇਹ ਆ ਵੀ ਜਿਹੜਾ ਹਿੰਦੂਤਵ ਆ ਉਹ ਸਾਡੇ 'ਤੇ ਪੂਰਾ ਦਬਾਅ ਬਣਾ ਕੇ ਰੱਖਣ ਡਿਆ। ਇਸ ਦਾ ਮਤਲਬ ਜਿਸ ਤਰ੍ਹਾਂ ਮਾਨ ਸਾਹਿਬ ਨੇ ਕੱਲ੍ਹ ਬਿਆਨ ਦਿੱਤਾ ਸੀ, ਜੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਖਾਲਿਸਤਾਨ ਬਣ ਜਾਂਦਾ ਉਹਦੇ ਵਿੱਚ ਇਹਨਾਂ ਨੂੰ ਬ੍ਰਾਹਮਣਾਂ ਨੂੰ ਵੀ ਉਹਨਾਂ ਦਾ ਅਧਿਕਾਰ ਹੈ ਬੋਧੀ ਰੱਖਣ ਦਾ, ਜੇ ਉਹ ਅਧਿਕਾਰ ਮਿਲਦਾ ਤਾਂ ਜਦੋਂ ਪਾਰਲੀਮੈਂਟ 'ਚ ਜਾਣ ਲੱਗ ਜਾਂਦੇ ਆ ਅਤੇ ਸਪੀਕਰ ਸਾਹਿਬ ਕਹਿ ਦੇਣ ਕਿ ਇਹ ਆਪਣੀ ਬੋਧੀ ਕਟਾ ਕੇ ਫਿਰ ਅੰਦਰ ਆ ਸਕਦਾ ਅਤੇ ਉਸ ਦਾ ਮਤਲਬ ਕੀ ਤੁਸੀਂ ਆਪ ਹੀ ਸਮਝ ਸਕਦੇ। ਪਾਰਲੀਮੈਂਟ 'ਚ ਕਿਹਾ ਗਿਆ ਵੀ ਹੁਣ ਕੋਈ ਨਾਰਾ ਨਹੀਂ ਲੱਗੇਗਾ ਖਾਲਿਸਤਾਨ ਦਾ ਜਾਂ ਹੋਰ ਵੀ ਕੋਈ ਕਹੇਗਾ, ਉਹਦੇ ਬਾਰੇ ਕੀ ਕਹਿਣਾ? ਉਹ ਸਾਰਾ ਧੱਕਾ ਹੀ ਹੋ ਰਿਹਾ ਜੀ ਸਿੱਖਾਂ ਦੇ ਨਾਲ, ਬਿਲਕੁਲ ਧੱਕੇਸ਼ਾਹੀ ਹੋ ਰਹੀ ਆ, ਦਬਾ ਕੇ ਰੱਖਿਆ ਜਾ ਰਿਹਾ। ਹਾਂਜੀ, ਜਦੋਂ ਸਾਨੂੰ ਹਾਈਕੋਰਟ, ਸੁਪਰੀਮ ਕੋਰਟ ਨੇ ਜਦੋਂ ਸਾਨੂੰ ਇਜਾਜ਼ਤ ਦਿੱਤੀ ਆ ਕਿ ਤੁਸੀਂ ਇਹ ਸਮੱਗਰੀ ਵੀ ਰੱਖ ਸਕਦੇ ਜੇ, ਤੁਸੀਂ ਬੋਲ ਵੀ ਸਕਦੇ ਜੇ, ਤੁਸੀਂ ਇਲੈਕਸ਼ਨ ਵੀ ਖਾਲਿਸਤਾਨ ਦੇ ਨਾਂ 'ਤੇ ਲੜ ਸਕਦੇ ਜੇ, ਫਿਰ ਇਹਨਾਂ ਦਾ ਇਹ ਕਹਿਣਾ ਮਤਲਬ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਬਾਰ ਬਾਰ। ਬਟ ਭਗਤ ਸਿੰਘ ਦੇ ਉਹਦੇ ਦੇ ਕਈ ਜਥੇਬੰਦੀਆਂ ਵਿਰੋਧ ਕਰ ਰਹੀਆਂ ਵੀ ਉਹ ਗਲਤ ਕਿਹਾ ਗਿਆ ਮਾਨ ਸਾਹਿਬ ਵੱਲੋਂ, ਉਹਨਾਂ ਬਾਰੇ ਕੀ ਕਹਿਣਾ? ਭਗਤ ਸਿੰਘ ਦਾ ਜਿਹੜਾ ਪੁਤਲੇ ਫੂਕੇ, ਦੇਖੋ ਜੀ, ਭਗਤ ਸਿੰਘ ਜਿਹੜਾ ਸੀ ਉਹ ਇੱਕ ਆਰੀਆ ਸਮਾਜੀ ਸੀ, ਉਹਦਾ ਦਾਦਾ ਜਿਹੜਾ ਸੀ ਆਰੀਆ ਸਮਾਜੀ ਸੀ। ਉਹ ਭਗਤ ਸਿੰਘ ਵੀ ਉਹਨੇ ਇਹ ਗੱਲ ਕਹਿੰਦਾ ਕਿ ਮੈਂ ਆਪਣੇ ਦਾਦੇ ਦੀ ਜਿਹੜੀ ਸ਼ਖਸੀਅਤ ਦੇ ਉੱਤੇ ਚੱਲਦਾ। ਦੂਸਰਾ ਲਾਲਾ ਲਾਜਪਤ ਰਾਏ ਜਿਹੜਾ ਸੀ ਸਾਈਮਨ ਕਮਿਸ਼ਨ ਦਾ ਵਿਰੋਧ ਕਰਦਾ, ਸਾਈਮਨ ਕਮਿਸ਼ਨ ਜਿਹੜਾ ਸੀ ਇੱਥੇ ਦੇ ਦੱਬੇ ਕੁਚਲੇ ਬੈਕਵਰਡ SC ਲੋਕਾਂ ਦੇ ਹੱਕ 'ਚ ਆਇਆ ਸੀ, ਉਹਨਾਂ ਦੀ ਸਮੀਖਿਆ ਕਰਕੇ ਉਹ ਮਤਲਬ ਇਹਨਾਂ ਨੂੰ ਬਣਦੇ ਹੱਕ ਜਿਹੜੇ ਅਧਿਕਾਰ ਪਾਰਲੀਮੈਂਟ, ਵਿਧਾਨ ਸਭਾ ਅਤੇ ਨੌਕਰੀਆਂ ਦੇ ਵਿੱਚ ਦੇਣ ਵਾਸਤੇ ਆਇਆ ਸੀ, ਇਹਨਾਂ ਦਾ ਉਹਨਾਂ ਦਾ ਵਿਰੋਧ ਕਰਨਾ ਮਤਲਬ ਇਹ ਸਾਬਿਤ ਕਰਦਾ ਕਿ ਅਸੀਂ ਸਿੱਖ ਲੋਕ ਜਿਹੜੇ ਆ ਉਹ ਗੁਲਾਮ ਆ। ਅੱਜ ਜਿਹੜਾ ਸਾਨੂੰ ਮੰਗ ਪੱਤਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਾਪਤ ਹੋਇਆ, ਜਿਹਦੇ ਵਿੱਚ ਇਹਨਾਂ ਨੇ ਕੁਛ ਉਹਨਾਂ ਦੇ ਲੀਡਰਸ਼ਿਪ ਦੇ ਖਿਲਾਫ ਜਿਹੜਾ ਕੋਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਉਹਦੇ ਨੂੰ ਲੈ ਕੇ ਇਹਨਾਂ ਦੇ ਵਿੱਚ ਰੋਸ ਹੈ, ਅਤੇ ਉਹਦੇ ਲਈ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਏ। ਸੋ ਇਹ ਮੰਗ ਪੱਤਰ ਸਾਡੇ ਕੋਲ ਪ੍ਰਾਪਤ ਆਇਆ, ਅਸੀਂ ਤਾਂ ਤੁਰੰਤ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।